ਵਾਰਡ ਨੰਬਰ 11 ਪੁਰਾਣਾ ਜਿਹੜਾ ਜਿੱਥੇ ਅਸੀਂ ਮੌਜੂਦ ਹਾਂ, ਇੱਥੇ ਦਿਨ ਦਿਹਾੜੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਉਹੀ ਗਲੀ ਹੈ ਜਿੱਥੇ CCTV ਵੀ ਕਾਫੀ ਹੁਣ ਵਾਇਰਲ ਵੀ ਹੋ ਰਹੀ ਹੈ। ਔਰ ਕਿਸ ਤਰ੍ਹਾਂ ਦਿਨ ਦਿਹਾੜੇ ਕਰੀਬ 12:30 ਦਾ ਸਮਾਂ ਸੀਗਾ ਕਿ ਬਾਈਕ ਸਵਾਰ ਆਉਂਦੇ ਹੈ ਤੇ ਲੇਡੀ ਦੀ ਚੇਨ ਸਨੈਚ ਕਰਕੇ ਉੱਥੋਂ ਫਰਾਰ। ਹਾਲਾਂਕਿ ਰਾਹਤ ਦੀ ਇਹ ਗੱਲ ਰਹੀ ਕਿ ਜਿਹੜੀ ਚੇਨ ਚਪਟਣ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ ਲੇਕਿਨ ਨਾਕਾਮਯਾਬ ਰਹੇ। ਜਿਹੜੇ ਲੋਕ ਸੀਗੇ ਜਿਹੜੇ ਪਿੱਛੇ ਭੱਜੇ ਸੀਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ, ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਗਲੀ ਕਿਸ ਤਰ੍ਹਾਂ ਉਹ ਬੜੇ ਬੇਖੌਫ ਤਰੀਕੇ ਦੇ ਨਾਲ ਇੱਥੇ ਘੁੰਮ ਰਹੇ ਔਰ ਇਸੇ ਗਲੀ ਤੋਂ ਪਿੱਛੇ ਪਿੱਛਾ ਕਰਦੇ ਹੋਏ ਲੇਡੀ ਦਾ ਆਏ ਸੀਗੇ ਜਿਹੜੀ ਐਕਟਿਵਾ ਸਵਾਰ ਸੀ ਔਰ ਉਹਦਾ ਪਿੱਛਾ ਕਰਨ ਤੋਂ ਬਾਅਦ ਜਦ ਲੇਡੀ ਇੱਥੇ ਰੁਕਦੀ ਹੈ ਬਿਲਕੁਲ ਇਸੇ ਥਾਂ ਤੇ ਰੁਕਦੀ ਹੈ ਤੇ ਸਨੈਚ ਕਰਨ ਦੀ ਕੋਸ਼ਿਸ਼ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਸਾਡੇ ਨਾਲ ਲੇਡੀਜ਼ ਨੇ ਜਿਨ੍ਹਾਂ ਦੇ ਪਿੱਛਾ ਕੀਤਾ। ਮੈਡਮ ਕਿੰਨੇ ਵਜੇ ਕੀ ਬਾਤ ਹੈ ਔਰ ਹੁਆ ਕਿਆ? ਕਰੀਬਨ 12:30 ਕੀ ਬਾਤ ਹੈ, ਮੇਰੀ ਫਰੈਂਡ ਐਕਚੁਅਲੀ ਬੱਚੋਂ ਕੋ ਡ੍ਰੌਪ ਕਰਨੇ ਆਈ ਥੀ ਘਰ, ਤੋ ਹਮ ਦੋਨੋਂ ਬਾਤੇਂ ਕਰ ਰਹੇ ਥੇ, ਮੈਂ ਥੋੜਾ ਫੋਨ ਮੇਂ ਬਿਜ਼ੀ ਹੋ ਗਈ ਤੋ ਮੇਰਾ ਧਿਆਨ ਕਹੀਂ ਔਰ ਚਲੇ ਗਿਆ। ਸਡਨਲੀ ਇੱਕ ਬਾਈਕ ਆ ਕੇ ਰੁਕੀ, ਮੈਨੇ ਗੌਰ ਨਹੀਂ ਕਿਹਾ, ਉਹ ਬੰਦਾ ਆਗੇ ਗਿਆ ਪਹਿਲੇ ਤੋ ਹਮਸੇ, ਫਿਰ ਇਕਦਮ ਸੇ ਪਲਟ ਕੇ ਆ ਗਿਆ। ਉਸ ਬੰਦੇ ਨੇ ਉਨਕੀ ਮੇਰੀ ਜੋ ਫਰੈਂਡ ਥੀ ਉਨਕੀ ਸਨੈਚ ਚੇਨ ਸਨੈਚ ਕਰਨੇ ਕੀ ਕੋਸ਼ਿਸ਼ ਕਰੀ ਔਰ ਸਡਨ ਹਮ ਤੋ ਸ਼ੌਕਡ ਹੋ ਗਏ, ਹੋ ਕਿਆ ਰਹਾ ਉਸ ਟਾਈਮ ਤੋ ਨਹੀਂ, ਲੇਕਿਨ ਫਿਰ ਹਮਨੇ ਦੇਖਾ ਕਿ ਉਹ ਚੋਰੀ ਕਰਨੇ ਕੇ ਪਰਪਸ ਸੇ ਆਇਆ, ਮੈਨੇ ਉਸਕੋ ਫਾਲੋ ਕੀਆ, ਹਾਂ ਮੈਂ ਉਸਕੇ ਪੀਛੇ ਪੀਛੇ ਭਾਗੀ ਕਿ ਚੇਨ ਭਲੇ ਹੀ ਸਨੈਚ ਨਹੀਂ ਹੋਈ ਹੈ ਲੇਕਿਨ ਇਨਕਾ ਡਰ ਤੋ ਖਤਮ ਹੋਣਾ ਜ਼ਰੂਰੀ ਹੈ, ਇਸ ਲਈ ਮੈਂ ਇਨਕੇ ਪੀਛੇ ਪੀਛੇ ਭਾਗੀ ਕਿ ਕੋਈ ਆਗੇ ਅਗਰ ਗਲੀ ਮੇਂ ਖੜਾ ਹੋ ਬੰਦਾ ਤੋ ਉਸਕੋ ਰੋਕ ਸਕੇ। ਮੈਨੇ ਵੀ ਪੂਰੀ ਕੋਸ਼ਿਸ਼ ਕਰੀ ਕਿ ਮੈਂ ਕਿਸੀ ਤਰ੍ਹਾਂ ਉਹਨੇ ਪੁੱਲ ਕਰਕੇ ਗਿਰਾ ਦੂੰ, ਪੁਸ਼ ਕਰ ਦੂੰ, ਕੁਛ ਕਰੂੰ, ਬਟ ਨਹੀਂ, ਉਹ ਭਾਗ ਗਿਆ, ਉਹ ਆਪਣੀ ਬਾਈਕ ਲੈ ਕੇ ਪੂਰਾ ਕਵਰ ਥੇ ਜੈਸੇ ਦੇਖਾ। ਹਾਂਜੀ, ਉਹ ਦੋਨੋਂ ਬੰਦੇ ਕਵਰ ਥੇ, ਇੱਕ ਨੇ ਤੋ ਹੈਲਮੇਟ ਪਹਿਨਾ ਥਾ ਬਲੈਕ ਕਲਰ ਕਾ, ਦੂਸਰੇ ਜੋ ਸਨੈਚ ਕਰਨੇ ਕੀ ਕੋਸ਼ਿਸ਼ ਕਰ ਰਹਾ ਥਾ ਉਸਨੇ ਪੂਰਾ ਕਪੜਾ ਆਪਣੇ ਮੂੰਹ ਮੇਂ ਲਪੇਟ ਰੱਖਾ ਥਾ। ਆਪ ਪਿੱਛੇ ਤੱਕ ਭਾਗੇ, ਕਹਾਂ ਤੱਕ ਭਾਗੇ? ਮੈਂ ਐਕਚੁਅਲੀ ਉਸ ਗਲੀ ਕੇ ਮੋੜ ਤੱਕ ਭਾਗੀ ਔਰ ਮੈਂ ਮੁਝੇ ਲਗਾ ਕੋਈ ਨਾ ਕੋਈ ਘਰ ਸੇ ਨਿਕਲ ਜਾਏਗਾ, ਬਟ ਕੱਲ ਕੋਈ ਥਾ ਨਹੀਂ ਗਲੀ ਮੇਂ, ਕਿਉਂਕਿ ਸਭ ਦਿਨ ਦੁਪਹਿਰ ਮੇਂ ਸਾਰੇ, ਤਾਂ ਯਹੀ ਟਾਈਮ ਹੋਗਾ। ਹਾਂਜੀ, ਸੇਮ ਟਾਈਮ ਤਾਂ ਸਾਰੇ, ਜੈਸੇ ਕਿ ਸਾਰੇ ਘਰ ਕੇ ਸਾਰੇ ਆਦਮੀ ਇਸ ਟਾਈਮ ਪੇ ਕਾਮ ਪੇ ਜਾਤੇ ਹੈ, ਤੋ ਲੇਡੀਜ਼ ਅੰਦਰ ਹੋਤੀ ਹੈ, ਬੱਚੇ ਕਭੀ ਬਾਹਰ ਨਿਕਲ ਜਾਤੇ ਹੈ, ਕੱਲ ਕੋ ਕੋਈ ਚਲੋ ਯੇ ਤੋ ਸੋਨੇ ਚਾਂਦੀ ਕਾ ਹੈ, ਲੇਕਿਨ ਹਮਾਰੇ ਬੱਚੇ ਵੀ ਗਲੀਓ ਮੇਂ ਡਰ ਕਾ ਮਾਹੌਲ ਤੋ ਹੈ। ਹਾਂਜੀ, ਤੋ ਮੈਂ ਯਹੀ ਮਤਲਬ ਰਿਕੁਐਸਟ ਕਰੂੰਗੀ ਪੰਜਾਬ ਪੁਲਿਸ ਸੇ ਕਿ ਆਪ ਥੋੜੀ ਪੈਟਰੋਲਿੰਗ ਬੜਾਏ ਔਰ ਜੈਸੇ ਕਿ ਇਤਨੀ ਚੋਰੀਆਂ ਹੋ ਰਹੀਆਂ ਖਰੜ ਮੇਂ, ਲੇਕਿਨ ਕੋਈ ਐਕਸ਼ਨ ਨਹੀਂ ਲਿਆ ਜਾਤਾ। ਇਹ ਬਹੁਤ ਇੰਪੋਰਟੈਂਟ ਹੈ, ਜਿੱਦਾਂ ਮੈਮ ਤੁਸੀਂ ਵੀ ਦੱਸਿਆ ਕਿ ਕਾਫੀ ਪੈਟਰੋਲਿੰਗ ਜਿਹੜੀ ਵਧਾਈ ਜਾਏ ਕਿਉਂਕਿ ਲੋਕਾਂ ਚ ਡਰ ਦਾ ਮਾਹੌਲ। ਹਾਂਜੀ, ਅਬ ਜੈਸੇ ਬਾਈਕ ਹੈ ਨਾ, ਆਗੇ ਨੰਬਰ ਨਾ ਪੀਛੇ ਨੰਬਰ, ਤੋ ਕੋਈ ਚੈੱਕ ਕਰਨੇ ਵਾਲਾ ਹੈ ਹੀ ਨਹੀਂ, ਐਸਾ ਯੇ ਫਸਟ ਟਾਈਮ ਨਹੀਂ ਹੋ ਰਿਹਾ, ਬਹੁਤ ਬਾਰ ਹੁਆ, ਹਮਾਰੇ ਯੇ ਸਾਹਮਣੇ ਇੱਕ ਘਰ ਔਰ ਹੈ, ਦੋ ਬਾਰ ਇਨਕੇ ਘਰ ਸੇ ਸਿਲੈਂਡਰ ਚੋਰੀ ਕਰਕੇ ਲੈ ਗਏ, ਲੇਕਿਨ ਕੋਈ ਐਕਸ਼ਨ ਨਹੀਂ ਹੁਆ, ਕਭੀ ਕੁਛ ਨਹੀਂ ਹੋਤਾ ਹੈ। ਤੇ ਬਿਲਕੁਲ ਕੋਈ ਜਿਹੜੇ ਐਕਸ਼ਨ ਨਹੀਂ ਹੁੰਦਾ, ਪਹਿਲਾਂ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਹੋਈ ਹੈ ਸਰ, ਜਿੱਦਾਂ ਮੈਮ ਨੇ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਨੈਚਿੰਗ ਜਿਹੜੀ ਹੈਗੀ ਹੈ ਜਾਂ ਫਿਰ ਜਿਹੜੀ ਲੁੱਟਖੋ ਦੀ ਜਿਹੜੀ ਹੈਗੀ ਕੋਸ਼ਿਸ਼? ਸਰ, ਇਸ ਤੋਂ ਪਹਿਲਾਂ ਵੀ 2-3 ਵਾਰੀ ਕੋਸ਼ਿਸ਼ ਹੋ ਚੁੱਕੀ ਹੈ। ਐਕਚੁਅਲੀ 1.5-2 ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਦਾਦੀ ਜੀ ਦਾ ਘਰ ਨਾਲ ਮੁੜ ਕੇ ਹੀ ਹੈ, ਉਹਨਾਂ ਦੇ ਕੰਨਾਂ ਚੋਂ ਵਾਲੀਆਂ ਖੋਹ ਕੇ ਲੈ ਗਏ ਸੀਗੇ, ਫਿਰ 6 ਮਹੀਨੇ ਬਾਅਦ ਮੇਰੇ ਤਾਈ ਜੀ ਦੇ ਕੰਨਾਂ ਚੋਂ ਵਾਲੀਆਂ ਖੋਹ ਕੇ ਲੈ ਗਏ। ਇਸ ਚੀਜ਼ ਦੀ ਰਿਪੋਰਟ ਵੀ ਕਰਨ ਜਾਓ ਬਟ ਪੁਲਿਸ ਦੀ ਤਾਦਾਦ ਹੀ ਘੱਟ ਹੈ, ਐਜ਼ ਪਰ ਪਾਪੂਲੇਸ਼ਨ ਪੁਲਿਸ ਦਾ ਗਿਣਤੀ ਬਹੁਤ ਘੱਟ, ਪਾਪੂਲੇਸ਼ਨ ਵੱਧਦੀ ਜਾ ਰਹੀ ਖਰੜ ਦੀ। ਖਰੜ ਸ਼ਹਿਰ ਕਿੱਥੇ 1.5 ਲੱਖ ਦੀ ਆਬਾਦੀ, ਕਿੱਥੇ 6 ਲੱਖ ਤੋਂ ਵੱਧ ਕ੍ਰਾਸ ਹੋ ਜਾਣਾ, ਇਸ ਕਰਕੇ ਸ਼ਾਇਦ ਪੁਲਿਸ ਵੀ ਥੋੜੀ ਮਜਬੂਰ ਹੈ, ਬਟ ਫੇਰ ਵੀ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕਾਂ ਦੀ ਸੁਰੱਖਿਆ ਲਈ ਆਪਣੀ ਪੈਟਰੋਲਿੰਗ ਵਧਾਉਣੀ ਚਾਹੀਦੀ ਹੈ ਤੇ ਜਿੰਨਾ ਹੋ ਸਕੇ ਲੋਕਾਂ ਦੀ ਹੈਲਪ ਕਰਨੀ ਚਾਹੀਦੀ। ਤੇ ਬਿਲਕੁਲ ਜਿੱਦਾਂ ਸਰ ਨੇ ਵੀ ਕਿਹਾ ਕਿ ਪੈਟਰੋਲਿੰਗ ਜਿਹੜੀ ਹੈ ਉਹ ਵਧਾਉਣੀ ਚਾਹੀਦੀ। ਇਹ CCTV ਕੈਮਰਾ ਜਿੱਥੇ ਸਾਰਾ ਇਹ ਵਾਰਦਾਤ ਕੈਪਚਰ ਹੋਈ ਹੈ, ਲੇਕਿਨ ਰਾਹਤ ਦੀ ਗੱਲ ਜ਼ਰੂਰ ਹੈ ਕਿ ਜਿਹੜੀ ਚੇਨ ਹੈ ਉਹ ਤਾਂ ਬਚ ਗਈ, ਲੇਕਿਨ ਇਰਾਦਾ ਉਹੀ ਸੀ, ਕਾਫੀ ਦੇਰ ਤੋਂ ਉਹਨਾਂ ਨੂੰ ਫਾਲੋ ਕਰ ਰਹੇ ਸੀਗੇ ਜਿਹੜੀ ਲੇਡੀ ਇੱਥੇ ਪਹੁੰਚੀ। ਹਾਲਾਂਕਿ ਪਹੁੰਚ ਕੇ ਜਦ ਇਹਨਾਂ ਦੇ ਘਰ ਰੁਕੀ ਹੈ
ਔਰ ਅਚਾਨਕ ਉਹਨੇ ਜਿਹੜਾ ਹੈਗਾ ਝਪੜ ਮਾਰ ਕੀਤੀ ਤੇ ਇੱਥੋਂ ਫਰਾਰ ਹੋ ਗਿਆ। ਲੇਕਿਨ ਪੂਰਾ ਬੜੀ ਹੈਰਾਨ ਕਰ ਦੇਣੇ ਵਾਲੀ ਗੱਲ ਹੈ ਕਿ ਇਹ ਗਲੀ ਹੈ ਕਾਫੀ ਅੱਗੇ ਜਾ ਕੇ ਕੰਜਸਟਿਡ ਵੀ ਹੈ, ਲੇਕਿਨ ਉਹਨਾਂ ਦੇ ਹੌਸਲੇ ਇੰਨੇ ਬੁਲੰਦ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ। ਬੜੇ ਬੇਖੌਫ ਤਰੀਕੇ ਦੇ ਨਾਲ ਉਹਨਾਂ ਨੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਿਆ। ਹਾਲਾਂਕਿ ਹਜੇ ਤੱਕ ਕੌਣ ਨੇ ਇੱਕ ਜਿਹੜੇ ਕਿੱਥੋਂ ਆਏ ਸੀਗੇ, ਬਾਈਕ ਦਾ ਨੰਬਰ ਨਹੀਂ ਸੀਗਾ, ਇਹ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਚੀਜ਼ਾਂ ਇਸ ਤਰ੍ਹਾਂ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਲੈ ਕੇ। ਲੇਕਿਨ ਹਾਲਾਂਕਿ ਪੁਲਿਸ ਤੇ ਕਈ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਜ਼ਰੂਰ ਖੜਾ ਹੁੰਦਾ ਕਿ ਆਖਿਰ ਇੰਨੀ ਵੱਡੀ ਵਾਰਦਾਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਖੌਫ ਨਹੀਂ, ਵਾਰਦਾਤਾਂ ਨੂੰ ਅੰਜਾਮ ਦੇ ਕੇ ਇੱਥੋਂ ਫਰਾਰ ਹੋ ਜਾਂਦੇ ਨੇ। ਇਹ ਬਹੁਤ ਇੰਪੋਰਟੈਂਟ ਹੈ ਤੇ ਲੋਕਾਂ 'ਚ ਸਹਿਮ ਦਾ ਮਾਹੌਲ ਜ਼ਰੂਰ ਹੈ।